ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਜੰਡਿਆਲਾ ਗੁਰੂ ਜੋ ਆਏ ਦਿਨ ਚਰਚਾ ਵਿੱਚ ਰਹਿੰਦਾ ਹੈ ਕਿਉਂਕਿ ਉੱਥੇ ਆਏ ਦਿਨ ਵਾਰਦਾਤਾਂ ਵੱਧ ਰਹੀਆਂ ਨੇ, ਜਿਸ ਕਰਕੇ ਇਲਾਕਾ ਵਾਸੀਆਂ ਵਿੱਚ ਬਹੁਤ ਖੌਫ ਦਾ ਮਾਹੌਲ ਬਣਿਆ ਹੋਇਆ ਹੈ। ਕੀ ਘਟਨਾ ਕੀ ਵਾਪਰੀ ਰਾਤੀ? ਬੀਤੀ ਰਾਤ ਵੀ ਤਕਰੀਬਨ 1:30 ਵਜੇ ਦੇ ਕਰੀਬ ਬੇਰਵਾਲ ਰੋਡ ਖੂਗਰੂ ਅਰਜਨ ਦੇਵ ਇਲਾਕੇ ਦੇ ਵਿੱਚ ਵੀ ਲੁੱਟ ਖੋਹ ਦੀ ਘਟਨਾ ਘਟੀ। ਮੌਕੇ ਤੇ ਮੌਜੂਦ ਰਾਜਵੀਰ ਕੌਰ ਬੇਟੀ ਅਤੇ ਮੁਹੱਲਾ ਵਾਸੀ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਉਹਨਾਂ ਦੇ ਗਵਾਂਢੀ ਬਲਵਿੰਦਰ ਸਿੰਘ ਪੁੱਤਰ ਆਨੰਦ ਸਿੰਘ ਦੇ ਘਰ ਵਿੱਚ ਇਹ ਘਟਨਾ ਘਟੀ ਹੈ, ਜਿਸ ਵਿੱਚ ਕਰੀਬਨ 10-12 ਲੁਟੇਰਿਆਂ ਨੇ ਉਹਨਾਂ ਦੇ ਘਰ ਵਿੱਚ ਦਾਖਲ ਹੋ ਕੇ ਬਜ਼ੁਰਗ ਦੰਪਤੀ ਬਲਵੀਰ ਸਿੰਘ ਪੁੱਤਰ ਆਨੰਦ ਸਿੰਘ ਅਤੇ ਉਹਨਾਂ ਦੀ ਪਤਨੀ ਸੁਖਵੰਤ ਕੌਰ ਤੇ ਹਮਲਾ ਕਰ ਦਿੱਤਾ। ਉਹਨਾਂ ਦੱਸਿਆ ਕਿ ਲੁਟੇਰਿਆਂ ਦੇ ਕੋਲ ਦਾਤਰ ਅਤੇ ਹੋਰ ਕਈ ਹਥਿਆਰ ਸਨ ਅਤੇ ਇਹਨਾਂ ਲੁਟੇਰਿਆਂ ਨੇ ਘਰ ਦੇ ਵਿੱਚ ਵੜ ਕੇ ਅਲਮਾਰੀ ਵਿੱਚੋਂ ਤਕਰੀਬਨ 25-30 ਤੋਲੇ ਸੋਨਾ ਅਤੇ ਕੈਸ਼ ਵੀ ਚੋਰੀ ਕਰ ਲਿਆ ਅਤੇ ਇਹਨਾਂ ਲੁਟੇਰਿਆਂ ਨੇ ਘਰ ਦੇ ਵਿੱਚ ਵੜ ਕੇ 25-30 ਤੋਲੇ ਅਲਮਾਰੀ ਦੇ ਵਿੱਚੋਂ ਸੋਨਾ ਵੀ ਚੋਰੀ ਕੀਤਾ ਅਤੇ ਜਿੰਨਾ ਵੀ ਕੈਸ਼ ਪਿਆ ਸੀ ਉਹ ਵੀ ਚੋਰੀ ਕਰ ਲਿਆ। ਇੱਥੇ ਜ਼ਿਕਰਯੋਗ ਹੈ ਕਿ ਇਸ ਬਜ਼ੁਰਗ ਜੋੜੇ ਦਾ ਬੇਟਾ ਅਤੇ ਬੱਚੇ ਜੋ ਕਿ ਦੂਸਰੇ ਕਮਰੇ ਵਿੱਚ ਸੌ ਰਹੇ ਸੀ, ਉਹ ਇਸ ਸਾਰੀ ਘਟਨਾ ਦੇ ਵਿੱਚੋਂ ਬਾਲ ਬਾਲ ਬਚੇ ਨੇ ਅਤੇ ਇਸ ਘਟਨਾ ਦੇ ਸ਼ਿਕਾਰ ਹੋਏ ਜ਼ਖਮੀਆਂ ਨੂੰ ਸ੍ਰੀ ਗੁਰੂ ਰਾਮਦਾਸ ਹਸਪਤਾਲ ਅੰਮ੍ਰਿਤਸਰ ਵਿਖੇ ਦਾਖਲ ਕਰਵਾਇਆ ਗਿਆ ਹੈ। ਇਸ ਸਾਰੀ ਘਟਨਾ ਦਾ ਜਾਇਜ਼ਾ ਲੈਣ ਵਾਸਤੇ ਮੌਕੇ ਤੇ SHO ਜੰਡਿਆਲਾ ਗੁਰੂ ਇੰਸਪੈਕਟਰ ਅਮੋਲਕ ਸਿੰਘ ਪਹੁੰਚੇ, ਜਿਨ੍ਹਾਂ ਦੱਸਿਆ ਕਿ ਆਰੋਪੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿੱਤਾ ਗਿਆ ਹੈ ਅਤੇ ਜਲਦ ਅੱਗੇ ਦੀ ਕਾਰਵਾਈ ਨੂੰ ਵੀ ਅੰਜਾਮ ਦਿੱਤਾ ਜਾਏਗਾ। ਬਹੁਤ ਜਲਦ ਇਹ ਮੁਲਜ਼ਮ ਪੁਲਿਸ ਦੀ ਹਿਰਾਸਤ ਵਿੱਚ ਹੋਣਗੇ। ਜਾਣਕਾਰੀ ਜਨਾ ਜੀ, ਰਾਤੀ ਇੱਥੇ ਵਾਰਦਾਤ ਹੋਈ ਇੱਕ ਬਲਦੀਪ ਸਿੰਘ ਨੇ ਉਹਨਾਂ ਦੇ ਘਰੇ ਉੱਥੇ ਹੋਈ ਹੈ ਰਾਤੀ। ਰਾਜਵਿੰਦਰ ਸਿੰਘ ਹੁਣੀ ਇੱਥੇ ਦਸਮ ਸੱਟਾਂ ਦੋ ਜਣਿਆਂ ਦੇ ਕਿਹੜੇ ਹਸਪਤਾਲ ਦਾਖਲ? ਰਾਮਦਾਸ ਫਾਇਰਿੰਗ ਵੀ ਕੀਤੀ ਗਈ ਹੈ ਜੀ। ਚਲੋ ਉਹ ਇਹਨਾਂ ਨੇ ਆਪਣੇ ਬਚਾਅ ਦੇ ਵਿੱਚ ਜਿਹੜੇ ਨੇ ਉਹ ਤੇ ਇਹਨਾਂ ਹਵਾਈ ਫਾਈ ਸਮਾਨ ਕੀ ਲੱਗੇ ਜੀ? ਸਮਾਨ ਅਜੇ ਤੇ ਕਰ ਰਹੇ ਨੇ ਚੈੱਕ, ਗੋਲਡਿਆ ਤੇ ਇੱਕ ਗਨ ਲੈ ਕੇ ਗਏ ਸਰ। ਇੱਕ ਜਿਹੜਾ ਬੰਡਾਲੇ ਜਿਹੜਾ ਸੂਸਾਈਡ ਯਾਤਰਾ ਕੀਤਾ ਜੀ, ਉਹਦੇ ਬਾਰੇ ਦੱਸਣਾ ਜੀ ਕੀ ਉਹ ਸੀ? ਉਹ ਜਿਹੜੇ 243 ਨੰਬਰ FIR ਦੇ ਵਿੱਚ ਜਿਹੜੀ USP ਆਪਣੇ ਜਵਾਨ ਦੀ ਛਾਤੀ ਹੋਈ ਸੀ, ਅੱਛਾ ਜੀ, ਉਹਦੇ ਸੰਬੰਧ ਵਿੱਚ ਜਿਹੜਾ ਮੋਟਰਸਾਈਕਲ ਦਾ ਓਨਰ ਸੀ, ਅੱਛਾ ਜੀ, ਉਹਨੇ ਸੂਸਾਈਡ ਕੀਤਾ। ਕੋਈ ਵੈਰੀਫਾਈ ਕਿਹੜਾ ਕੀਤਾ ਜਿਹਨੇ ਗੋਲੀ ਉਹਨੇ ਮਾਰੀ? ਵੈਰੀਫਾਈ ਉਹ ਇੱਥੇ ਇੱਕ ਮੁੰਡਾ ਵਰਿੰਦਰ ਸਿੰਘ ਫੋਰਨਰ ਕਰਕੇ ਆ, ਜੰਡਾਲੇ ਗੁਰੂ ਤੋਂ ਪ੍ਰੇਮੀਆਂ ਵਾਲੀ ਗੜੀ 'ਚ ਇਹਨਾਂ ਦਾ ਘਰ ਆ ਤਰਤਾ ਰੋਡ ਦੇ। ਉਹ ਮੁੰਡਾ ਸਾਨੂੰ ਮੇਨ ਉਹਦੀ ਜ਼ਰੂਰਤ ਆ ਅਤੇ ਉਹ ਵਰਿੰਦਰ ਹੈ ਮੇਨ। ਰਾਤੀ ਕੀ ਘਟਨਾ ਵਾਪਰੀ ਤੁਸੀਂ ਮੌਕੇ 'ਤੇ ਆਏ? ਇਹ ਜੀ ਰਾਤ 10-11 ਜਣੇ ਇੱਥੇ ਆਉਣ ਪਏ ਜੀ ਘਰ। ਅੱਛਾ ਜੀ। 1:30 ਵਜੇ ਦੇ ਲਗਭਗ ਟਾਈਮ ਸੀ ਅਤੇ ਕੰਧ ਟੱਪ ਕੇ ਅੰਦਰ ਚੱਲ ਗਏ ਆ। ਇਹ ਦੋਵੇਂ ਬਜ਼ੁਰਗ ਸੀ, ਇੱਕ ਕਮਰੇ 'ਚ, ਦੂਸਰੇ ਕਮਰੇ 'ਚ ਇਹਨਾਂ ਦਾ ਬੇਟਾ ਅਤੇ ਇਹਨਾਂ ਦੀ ਨੂੰਹ ਸੀ। ਇਹਨਾਂ ਨੇ ਜਾ ਕੇ ਜੀ ਅੰਦਰ ਜਾ ਕੇ ਉਹਨਾਂ ਨੂੰ ਜਾਂਦੇ ਫੜ ਲਿਆ ਬਸ। ਜਾ ਕੇ ਤਾਂ ਮੁੜ ਕੇ ਇਹਨਾਂ ਨੇ ਕੁਛ ਨਹੀਂ, ਉਹਨਾਂ ਨੂੰ ਮਾਰ ਕੁੱਟ ਕਰਨੀ ਸ਼ੁਰੂ ਕਰਤੀ।
ਇਹਨਾਂ ਨੇ ਸਮਾਨ ਵੀ ਸਾਰਾ ਦੇ ਦਿੱਤਾ ਉਹਨਾਂ ਨੂੰ ਕੱਢ ਕੇ ਵੀ ਸਾਨੂੰ ਨਾ, ਉਹਨਾਂ ਕਿਹਾ ਵੀ ਨਹੀਂ, ਬਹੁਤ ਮਾਰਿਆ ਜੀ ਇਹਨਾਂ ਨੂੰ, ਸਾਰਾ ਸਿਰ ਉਹਨਾਂ ਦਾ ਇੰਜਰਡ ਕਰਤਾ ਸਾਰਾ ਦੋਵਾਂ ਜੀਆਂ ਦਾ ਜੀ, ਅਤੇ ਬਹੁਤ ਸੀਰੀਅਸ ਹੁਣ ਕਿੱਥੇ ਬਚਾ ਮੈਂ ਜੀ ਇੱਥੋਂ ਮੁੜ ਕੇ, ਇਹਨਾਂ ਨੇ ਮੈਨੂੰ ਜਿਹੜੀ ਨੌਂ ਸੀ ਉਹਨੇ ਅੰਦਰੋਂ ਫੋਨ ਕੀਤਾ, ਉਹਨੇ ਮੈਂ ਫੋਨ ਕੀਤਾ, ਫਿਰ ਮੈਂ ਤੋਂ ਘਰੋਂ ਆਇਆ ਜੀ, ਫਿਰ ਆਣ ਕੇ ਇਹਨਾਂ ਨੂੰ ਮੈਂ ਬਾਅਦ ਵਿੱਚ ਅਸੀਂ ਗਏ ਆ ਤਾਂ ਗੇਟ ਇਹਨਾਂ ਦਾ ਬੰਦ ਸੀ, ਅਸੀਂ ਗੇਟ ਕਾਫੀ ਟਾਈਮ ਇਹਨਾਂ ਦਾ ਮਤਲਬ ਸਾਰੇ ਬੰਦੇ ਮੇਰੇ ਨਾਲ ਸੀ ਬੰਦੇ ਵਾਲੇ, ਇਹਨਾਂ ਨੇ ਨਹੀਂ ਖੋਲਿਆ, ਫਿਰ ਅਸੀਂ ਵਾਪਸ ਆਣ ਕੇ ਫਿਰ ਅਸੀਂ ਇਹਨਾਂ ਨੂੰ ਹੋਸਪਿਟਲ ਲੈ ਗਏ, ਅਤੇ ਮੁੜ ਕੇ ਇਹਨਾਂ ਨੇ ਕੁਛ ਨਹੀਂ, ਮਤਲਬ ਹੁਣ ਆਏ ਆ ਸਵੇਰੇ, ਰਾਤ ਪਈ ਨਹੀਂ, ਮੁੜ ਕੇ ਇੱਕ ਚੌਂਕੀ ਇੰਚਾਰਜ ਆਇਆ ਰਾਤ, ਉਹ 3 ਵਜੇ ਮੇਰਾ ਖਿਲਾਇਆ, ਬਾਅਦ 'ਚ ਹੁਣ ਆਏ। ਠੀਕ, ਕੀ ਘਟਨਾ ਕੀ ਵਾਪਰੀ ਰਾਤੀ? ਰਾਤੀ ਮਤਲਬ ਅਸੀਂ ਸੁੱਤੇ ਸੀ, 1 ਵਜੇ ਬਾਹਰੋਂ ਆਏ ਕਾਫੀ ਜਾਣੇ, 12-13 ਜਾਣੇ, ਅਤੇ ਮਤਲਬ ਉਹਨਾਂ ਨੇ ਬੂਹਾ ਖੁੱਲ੍ਹਾ ਆਇਆ ਸੀ ਮੰਮੀ ਨਾਲ ਦਾ, ਅਤੇ ਉਹਨਾਂ ਨੇ ਅਚਾਨਕ ਉਹਨਾਂ ਨੂੰ ਮਤਲਬ ਮਾਰ ਕੁੱਟ ਕੀਤੀ ਉਹਨਾਂ ਦੀ ਬੜੀ, ਅਤੇ ਗਹਿਣਾ ਲੈ ਗਏ ਸਾਰਾ ਉਹਨਾਂ ਦਾ ਕੱਢ ਕੇ। ਕਿੰਨੇ ਮੈਂਬਰ ਹੋ ਘਰ 'ਚ? 5 ਜਾਣੇ, ਛੋਟਾ ਬੱਚਾ ਅਤੇ 4 ਜਣੇ ਸੀ। ਕਿੱਧਰਲੀ ਸਾਈਡ ਦੀ ਆਏ ਹੋ ਜਦੋਂ ਅੰਦਰ ਵੜੇ ਆ? ਮੇਨ 2 ਥਾਣੇ। ਤੁਸੀਂ ਥਾਣੇ ਵੀ ਗਏ ਸੀਗੇ ਰਾਤੀ? ਹਾਂਜੀ ਥਾਣੇ ਗਏ ਸੀ, ਥਾਣੇ ਭਾਜੀ ਨੇ ਮਤਲਬ ਕਾਲ ਕੀਤੀ ਸੀ ਅਤੇ ਉਦੋਂ ਆਏ ਸੀ ਸਾਰੇ। ਅਤੇ ਕਿਸ ਤਰ੍ਹਾਂ ਬਚਾਅ ਹੋਇਆ ਤੁਹਾਡਾ ਸਰ? ਫਿਰ ਜਦੋਂ ਭਾਜੀ ਨੂੰ ਕਾਲ ਕੀਤੀ ਅਤੇ ਉਹ ਫਾਇਰਿੰਗ ਕਰਦੇ ਆਏ ਬਾਹਰੋਂ ਜਦੋਂ, ਅਤੇ ਉਦੋਂ ਮਤਲਬ ਉਹਨਾਂ ਨੇ ਭੱਜੇ ਆ ਇੱਥੋਂ ਕੰਧ ਟੱਪ ਕੇ। ਜ਼ਖਮੀ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ? ਕਾਫੀ ਨੁਕਸਾਨ ਹੋਇਆ, ਪਾਪਾ ਦੇ ਕਾਫੀ ਸੱਟ ਲੱਗੀ ਆ, 3-4 ਜਗ੍ਹਾ ਸਿਰ ਫਟਾ, 32 ਤੇ। ਕਿੱਥੇ ਹੈਗੇ ਹੁਣ ਉਹ? ਉਹ ਐਮਰਜੈਂਸੀ ਨੇ ਗੁਰੂ ਨਾਨਕ ਗੁਰਾਮਦਾਸ ਹਸਪਤਾਲ। ਤੇ ਹੋਰ ਕਿਤੇ ਕਿਤੇ ਸੱਟਾਂ ਲੱਗੀਆਂ? ਔਰ ਮੰਮੀ ਦੇ ਮਤਲਬ ਬਾਹਾਂ ਦੇ ਕਾਫੀ ਉਹਨਾਂ ਗੰਡਾਸੀਆਂ ਵਗੈਰਾ ਮਾਰੀਆਂ, ਕੰਨ 'ਚੋਂ ਵਾਲੀਆਂ ਵਗੈਰਾ ਖਿੱਚੀਆਂ, ਕੰਨ ਫਟੇ ਪਏ ਉਹਨਾਂ ਦੇ ਸਾਰੇ। ਤੁਹਾਨੂੰ ਕਿਸੇ ਤੇ ਸ਼ੱਕ ਹੈਗਾ ਜੇ ਕਿਸੇ ਬਾਤ ਦਾ? ਫਿਲਹਾਲ ਨਹੀਂ, ਸਾਡੇ ਘਰ ਇੰਨਾ ਆਉਣਾ ਜਾਣਾ ਹੈ ਨਹੀਂ ਕਿਸੇ ਦੇ, ਬਾਕੀ ਅਸੀਂ ਮੈਂ ਅਤੇ ਪਾਪਾ ਡਿਊਟੀ ਚਲ ਜਾਂਦੇ ਹਾਂ, ਇੰਨਾ ਪਤਾ ਨਹੀਂ ਕੌਣ ਆਉਂਦਾ ਕੌਣ ਜਾਂਦਾ ਆ, ਨਹੀਂ ਕਦੀ ਇੰਨਾ ਧਿਆਨ ਦਿੱਤਾ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ, ਕਿੰਨਾ ਕੁ ਤੁਹਾਡੀ ਜਿਹੜੀ ਕੈਸ਼ ਗਿਆ ਵਾ ਅਤੇ ਕਿੰਨਾ ਕੁ ਸੋਨਾ? ਕੈਸ਼ ਤੇ ਡੈਡੀ ਨਾਲ ਨੂੰ ਪਤਾ ਕਿ ਕਿੰਨਾ ਕੁ, ਬਾਕੀ ਜਿਹੜਾ ਮੇਰੇ ਅਕੋਰਡਿੰਗ ਹੈ 24-25 ਤੋਲੇ ਗਹਿਣਾ ਸੀ ਸਾਡਾ, ਬਾਕੀ ਉਹਨਾਂ ਦਾ ਜਿਹੜਾ ਹੈਗਾ ਸੀ, ਕੁਝ ਦੀਦੀ ਦਾ ਪਿਆ ਸੀ ਸਾਡੇ ਕੋਲ ਅਤੇ ਉਹ ਵੀ ਉਹ ਲੈ ਗਏ ਆ ਸਾਰਾ। ਕੀ ਮੰਗ ਕਰਦੇ ਪ੍ਰਸ਼ਾਸਨ ਨੂੰ? ਸਾਨੂੰ ਇਨਸਾਫ ਦਵਾਇਆ ਜਾਵੇ। ਗੁਰਪਿਆਰੇ, ਪੂਰੇ ਪੰਜਾਬ ਦੇ ਵਿੱਚ ਲੁੱਟਖੋ ਦੀਆਂ ਵਾਰਦਾਤਾਂ ਆਏ ਦਿਨ ਵੱਧ ਰਹੀਆਂ ਨੇ। ਹੁਣ ਲੁਟੇਰੇ ਇੰਨੇ ਬੇਖੌਫ ਹੋ ਗਏ ਨੇ ਕਿ ਘਰਾਂ ਨੂੰ ਹੀ ਨਿਸ਼ਾਨਾ ਬਣਾਉਣ ਲੱਗ ਗਏ ਨੇ। ਬਜ਼ੁਰਗ ਜੋੜਿਆਂ ਦਾ ਪਤਾ ਕਰਕੇ, ਰੇਕੀ ਕਰਕੇ ਘਰਾਂ ਦੇ ਅੰਦਰ ਵੜ ਕੇ ਬਜ਼ੁਰਗ ਜੋੜਿਆਂ ਨੂੰ ਮੌਤ ਦੇ ਘਾਟ ਉਤਾਰ ਕੇ ਜਾਂ ਉਹਨਾਂ ਨੂੰ ਜ਼ਖਮੀ ਕਰਕੇ ਸਭ ਕੁਝ ਲੁੱਟ ਖੋ ਕੇ ਉਹ ਫਰਾਰ ਹੋ ਰਹੇ ਨੇ। ਹੁਣ ਪੁਲਿਸ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਅਜਿਹੇ ਲੁਟੇਰਿਆਂ ਦੇ ਜਿੰਨੇ ਵੀ ਗੈਂਗ ਹੈ ਨੇ ਉਹਨਾਂ ਨੂੰ ਜਲਦ ਤੋਂ ਜਲਦ ਧਰ ਦਬੋਚਿਆ ਜਾ ਸਕੇ, ਤਾਂ ਜੋ ਕਿਤੇ ਵੀ ਹੋਰ ਅਜਿਹੀ ਅਣਸੁਖਾਵੀ ਘਟਨਾ ਨਾ ਵਾਪਰੇ ਅਤੇ ਕਿਸੇ ਦਾ ਵੀ ਜਾਨੀ ਅਤੇ ਮਾਲੀ ਨੁਕਸਾਨ ਨਾ ਹੋਵੇ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡਬਾਣੀ ਵਾਸਤੇ ਜੰਡਿਆਲਾ ਗੁਰੂ ਤੋਂ ਅਸ਼ਨੀ ਸ਼ਰਮਾ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਘਟਨਾ ਕੀ ਵਾਪਰੀ ਰਾਤੀ? ਰਾਤੀ ਮਤਲਬ ਅਸੀਂ ਸੁੱਤੇ ਸੀ, 1 ਵਜੇ ਬਾਹਰੋਂ ਆਏ ਕਾਫੀ ਜਾਣੇ, 12-13 ਜਾਣੇ, ਅਤੇ ਮਤਲਬ ਉਹਨਾਂ ਨੇ ਬੂਹਾ ਖੁੱਲ੍ਹਾ ਆਇਆ ਸੀ ਮੰਮੀ ਨਾਲ ਦਾ, ਅਤੇ ਉਹਨਾਂ ਨੇ ਅਚਾਨਕ ਉਹਨਾਂ ਨੂੰ ਮਤਲਬ ਮਾਰ ਕੁੱਟ ਕੀਤੀ ਉਹਨਾਂ ਦੀ ਬੜੀ, ਅਤੇ ਗਹਿਣਾ ਲੈ ਗਏ ਸਾਰਾ ਉਹਨਾਂ ਦਾ ਕੱਢ ਕੇ। ਕਿੰਨੇ ਮੈਂਬਰ ਹੋ ਘਰ 'ਚ? 5 ਜਾਣੇ, ਛੋਟਾ ਬੱਚਾ ਅਤੇ 4 ਜਣੇ ਸੀ। ਕਿੱਧਰਲੀ ਸਾਈਡ ਦੀ ਆਏ ਹੋ ਜਦੋਂ ਅੰਦਰ ਵੜੇ ਆ? ਮੇਨ 2 ਥਾਣੇ। ਤੁਸੀਂ ਥਾਣੇ ਵੀ ਗਏ ਸੀਗੇ ਰਾਤੀ? ਹਾਂਜੀ ਥਾਣੇ ਗਏ ਸੀ, ਥਾਣੇ ਭਾਜੀ ਨੇ ਮਤਲਬ ਕਾਲ ਕੀਤੀ ਸੀ ਅਤੇ ਉਦੋਂ ਆਏ ਸੀ ਸਾਰੇ। ਅਤੇ ਕਿਸ ਤਰ੍ਹਾਂ ਬਚਾਅ ਹੋਇਆ ਤੁਹਾਡਾ ਸਰ?
ਫਿਰ ਜਦੋਂ ਭਾਜੀ ਨੂੰ ਕਾਲ ਕੀਤੀ ਤੇ ਉਹ ਫਾਇਰਿੰਗ ਕਰਦੇ ਆਏ ਬਾਹਰੋਂ ਜਦੋਂ ਤੇ ਉਦੋਂ ਮਤਲਬ ਉਹਨਾਂ ਨੇ ਭੱਜੇ ਆ ਇੱਥੋਂ ਕੰਧ ਟੱਪ ਕੇ। ਜ਼ਖਮੀ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ? ਕਾਫੀ ਨੁਕਸਾਨ ਹੋਇਆ, ਪਾਪਾ ਦੇ ਕਾਫੀ ਸੱਟ ਲੱਗੀ ਆ, ਤਿੰਨ ਚਾਰ ਜਗ੍ਹਾ ਸਿਰ ਫਾਟਾ, ਬੱਤੀ ਤੇ ਤੇ। ਕਿੱਥੇ ਹੈਗੇ ਹੁਣ ਉਹ? ਐਮਰਜੈਂਸੀ ਨੇ ਗੁਰੂ ਨਾਨਕ ਗੁਰੂ ਰਾਮਦਾਸ ਹਸਪਤਾਲ। ਤੇ ਹੋਰ ਕਿਤੇ ਕਿਤੇ ਸੱਟਾਂ ਲੱਗੀਆਂ? ਔਰ ਮੰਮੀ ਦੇ ਮਤਲਬ ਬਾਹਾਂ ਦੇ ਕਾਫੀ ਉਹਨਾਂ ਨੇ ਗਡਾਸੀਆਂ ਵਗੈਰਾ ਮਾਰੀਆਂ, ਕੰਨ ਚੋਂ ਵਾਲੀਆਂ ਵਗੈਰਾ ਖਿੱਚੀਆਂ, ਕੰਨ ਫਟੇ ਪਏ ਉਹਨਾਂ ਦੇ ਸਾਰੇ। ਤੁਹਾਨੂੰ ਕਿਸੇ ਤੇ ਸ਼ੱਕ ਹੈਗਾ ਜੇ ਕਿਸੇ ਬਾਤ ਦਾ? ਫਿਲਹਾਲ ਨਹੀਂ, ਸਾਡੇ ਘਰੇ ਇੰਨਾ ਆਉਣਾ ਜਾਣਾ ਹੈ ਨਹੀਂ ਕਿਸੇ ਦੇ, ਬਾਕੀ ਅਸੀਂ ਮੈਂ ਤੇ ਪਾਪਾ ਡਿਊਟੀ ਚਲ ਜਾਂਦੇ ਹਾਂ, ਇੰਨਾ ਪਤਾ ਨਹੀਂ ਕੌਣ ਆਉਂਦਾ ਕੌਣ ਜਾਂਦਾ ਆ, ਨਹੀਂ ਕਦੀ ਇੰਨਾ ਧਿਆਨ ਦਿੱਤਾ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ, ਕਿੰਨਾ ਕੁ ਤੁਹਾਡੀ ਜਿਹੜੀ ਕੈਸ਼ ਗਿਆ ਵਾ ਤੇ ਕਿੰਨਾ ਕੁ ਸੋਨਾ? ਕੈਸ਼ ਤੇ ਡੈਡੀ ਨਾਲ ਨੂੰ ਪਤਾ ਕਿ ਕਿੰਨਾ ਕੁ, ਬਾਕੀ ਜਿਹੜਾ ਮੇਰੇ ਅਕੋਰਡਿੰਗ ਹੈ 24-25 ਤੋਲੇ ਗਹਿਣਾ ਸੀ ਸਾਡਾ, ਬਾਕੀ ਉਹਨਾਂ ਦਾ ਜਿਹੜਾ ਹੈਗਾ ਸੀ, ਕੁਝ ਦੀਦੀ ਦਾ ਪਿਆ ਸੀ ਸਾਡੇ ਕੋਲ ਤੇ ਉਹ ਵੀ ਉਹ ਲੈ ਗਏ ਆ ਸਾਰਾ। ਕੀ ਮੰਗ ਕਰਦੇ ਪ੍ਰਸ਼ਾਸਨ ਨੂੰ? ਸਾਨੂੰ ਇਨਸਾਫ ਦਵਾਇਆ ਜਾਵੇ। ਅਤੇ ਕੀ ਘਟਨਾ ਵਾਪਰੀ ਤੁਸੀਂ ਮੌਕੇ ਤੇ ਆਏ? ਇਹ ਜੀ ਰਾਤ 10-11 ਜਣੇ ਇੱਥੇ ਆਉਣ ਪਏ ਜੀ ਘਰ। ਅੱਛਾ। ਅਤੇ 1:30 ਵਜੇ ਦੇ ਲਗਭਗ ਟਾਈਮ ਸੀ ਅਤੇ ਕੰਧ ਟੱਪ ਕੇ ਅੰਦਰ ਚੱਲ ਗਏ ਆ। ਇਹ ਦੋਵੇਂ ਬਜ਼ੁਰਗ ਸੀ, ਇੱਕ ਕਮਰੇ 'ਚ, ਦੂਸਰੇ ਕਮਰੇ 'ਚ ਇਹਨਾਂ ਦਾ ਬੇਟਾ ਅਤੇ ਇਹਨਾਂ ਦੀ ਨੂੰਹ ਸੀ। ਇਹਨਾਂ ਨੇ ਜਾ ਕੇ ਜੀ ਅੰਦਰ ਜਾ ਕੇ ਉਹਨਾਂ ਨੂੰ ਜਾਂਦੇ ਫੜ ਲਿਆ ਬਸ, ਜਾ ਕੇ ਤਾਂ ਮੁੜ ਕੇ ਇਹਨਾਂ ਨੇ ਕੁਛ ਨਹੀਂ, ਉਹਨਾਂ ਨੂੰ ਮਾਰ ਕੁੱਟ ਕਰਨੀ ਸ਼ੁਰੂ ਕਰਤੀ। ਇਹਨਾਂ ਨੇ ਸਮਾਨ ਵੀ ਸਾਰਾ ਦੇ ਦਿੱਤਾ ਉਹਨਾਂ ਨੂੰ, ਕੱਢ ਕੇ ਵੀ ਸਾਨੂੰ ਨਾ, ਉਹਨਾਂ ਕਿਹਾ ਵੀ ਨਹੀਂ, ਬਹੁਤ ਮਾਰਿਆ ਜੀ ਉਹਨਾਂ ਨੂੰ ਸਾਰਾ ਸਿਰ, ਉਹਨਾਂ ਦਾ ਇੰਜਰਡ ਕਰਤਾ ਉਹਨਾਂ ਦਾ ਦੋਵਾਂ ਜੀਆਂ ਦਾ ਜੀ, ਅਤੇ ਬਹੁਤ ਸੀਰੀਅਸ। ਕਿਸ ਤਰ੍ਹਾਂ ਹੁਣ ਕਿੱਥੇ ਇਹਨਾਂ ਦਾ ਜੀ ਬਚਾਅ? ਮੈਂ ਜੀ ਇੱਥੋਂ ਮੁੜ ਕੇ ਇਹਨਾਂ ਨੇ ਮੈਨੂੰ ਜਿਹੜੀ ਨੂੰਹ ਸੀ ਉਹਨੇ ਅੰਦਰੋਂ ਫੋਨ ਕੀਤਾ, ਉਹਨੇ ਮੈਂ ਫੋਨ ਕੀਤਾ, ਫਿਰ ਮੈਂ ਤਾਂ ਘਰੋਂ ਆਇਆ ਜੀ, ਫਿਰ ਆਣ ਕੇ ਇਹਨਾਂ ਨੂੰ ਮੈਂ ਹੁਣ ਕਿੱਥੇ ਹੈਗੇ ਇਸ ਟਾਈਮ ਤੇ ਜਿਹੜੇ ਇੰਜਰਡ ਆ, ਕਿੱਥੇ ਹੈਗੇ? ਇਹ ਗੁਰੂ ਰਾਮਦਾਸ ਹਸਪੀਟਲ ਐਡਮਿਟ ਕਰਾਇਆ ਜੀ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਅਸੀਂ ਤਾਂ ਇਹੋ ਵੇਖੋ ਜੀ ਹੁਣ ਕੀ ਬਣਦਾ, ਤੁਹਾਡੇ ਸਾਹਮਣੇ ਆ, ਵੇਖ ਲਓ ਆਹ 3-4 ਵਾਰ ਤਾਂ ਹੋ ਗਈਆਂ ਥੋੜ੍ਹੇ ਦਿਨਾਂ 'ਚ। ਰਾਤੀ ਜਦੋਂ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਫੋਨ ਕੀਤਾ ਤਾਂ ਕੀ ਅੱਗੇ ਉਹਨਾਂ ਵੱਲੋਂ ਕੀ ਜਵਾਬ? ਇਹਨਾਂ ਵੱਲੋਂ ਕੋਈ ਰਿਸਪੋਂਸ ਨਹੀਂ ਜੀ, ਕਿਸੇ ਨੇ ਪਹਿਲਾਂ ਫੋਨ ਨਹੀਂ ਚੁੱਕਿਆ, ਬਾਅਦ ਵਿੱਚ ਅਸੀਂ ਗਏ ਹਾਂ ਤਾਂ ਗੇਟ ਇਹਨਾਂ ਦਾ ਬੰਦ ਸੀ। ਅਸੀਂ ਗੇਟ ਕਾਫੀ ਟਾਈਮ ਇਹਨਾਂ ਦਾ ਮਤਲਬ ਸਾਰੇ ਬੰਦੇ ਮੇਰੇ ਨਾਲ ਸੀ ਬੰਦੇ ਵਾਲੇ, ਇਹਨਾਂ ਨੇ ਨਹੀਂ ਖੋਲਿਆ। ਫਿਰ ਅਸੀਂ ਵਾਪਸ ਆਣ ਕੇ ਫਿਰ ਅਸੀਂ ਇਹਨਾਂ ਨੂੰ ਹੋਸਪਿਟਲ ਲੈ ਗਏ ਹਾਂ ਅਤੇ ਮੁੜ ਕੇ ਇਹਨਾਂ ਨੇ ਕੁਛ ਨਹੀਂ, ਮਤਲਬ ਹੁਣ ਆਏ ਆ ਸਵੇਰੇ ਰਾਤ ਕੋਈ ਨਹੀਂ, ਮੁੜ ਕੇ ਇੱਕ ਚੌਂਕੀ ਇੰਚਾਰਜ ਆਇਆ ਰਾਤ, ਉਹ 3 ਵਜੇ ਮੇਰਾ ਖੜਾਇਆ, ਬਾਅਦ 'ਚ ਹੁਣ ਆਏ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।